ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਖੰਨਾ ਅਤੇ ਫਿਰ ਮੋਹਾਲੀ ਵਿੱਚ ਲਿਫਟ ਦੇਣ ਦੇ ਬਹਾਨੇ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਇਹ ਗੈਂਗ ਰੇਪ ਦਾ ਮਸਲਾ ਜੀ ਪੁਲਿਸ ਨੇ FIR ਕੁੜੀ ਦੀ ਸਟੇਟਮੈਂਟ ਦੇ ਮੁਤਾਬਕ ਦਰਜ ਕਰੀ ਹੈ ਅਤੇ ਅੱਜ ਪੁਲਿਸ ਨੇ 4 ਦੋਸ਼ੀ ਇਹਨਾਂ 'ਚ ਰਿਕਵਰ ਕਰ ਚੁੱਕੇ ਨੇ ਅਰੈਸਟ ਹੋ ਚੁੱਕੇ ਨੇ ਇੱਕ ਦੋਸ਼ੀ ਅਰੈਸਟ ਕਰਨ ਤੋਂ ਰਹਿੰਦਾ 4 ਦੋਸ਼ੀਆਂ ਨੂੰ ਇਹਨਾਂ ਨੇ ਅੱਜ ਜੁਡੀਸ਼ੀਅਲ ਦੇ ਵਿੱਚ ਮਾਨਯੋਗ ਅਦਾਲਤ ਨੇ ਜੁਡੀਸ਼ੀਅਲ ਕੋਰਟ ਰਿਮਾਂਡ ਦੇ ਵਿੱਚ ਭੇਜ ਦਿੱਤਾ ਜਿਸ ਦੀ ਆਉਣ ਵਾਲੀ 4 ਮਈ ਇਹਦੀ ਤਰੀਕ ਨਿਸ਼ਚਿਤ ਕੀਤੀ ਗਈ ਹੈ ਜਿਵੇਂ ਮੈਂ ਇਹ ਪੜ੍ਹੀ FIR ਇਹਦੇ ਮੁਤਾਬਕ ਇਹ ਬੜਾ ਟੇਢਾ ਜਿਹਾ ਅਤੇ ਟਿਪੀਕਲ ਜਿਹਾ ਕੇਸ ਲੱਗ ਰਿਹਾ ਜਿਸ ਦੇ ਵਿੱਚ ਕੋਈ ਸੱਚਾਈ ਨਹੀਂ ਪਰ ਮੈਨੂੰ ਵਿਸ਼ਵਾਸ ਹੈ ਪੁਲਿਸ ਦੀ ਤਫਤੀਸ਼ 'ਤੇ ਪੁਲਿਸ ਬੜੀ ਵਧੀਆ ਢੰਗ ਦੇ ਨਾਲ ਇਸ ਕੇਸ ਦੀ ਤਫਤੀਸ਼ ਕਰਨ ਜਾ ਰਹੀ ਹੈ ਔਰ ਕਰ ਰਹੀ ਹੈ ਮੈਨੂੰ ਪੂਰਨ ਵਿਸ਼ਵਾਸ ਹੈ ਵੀ ਜਿਹੜੇ ਦੋਸ਼ੀ ਨੇ ਇਹ ਬਿਲਕੁਲ ਬਰੀ ਹੋਣਗੇ ਕੀ ਲੱਗਦਾ ਤੁਹਾਨੂੰ ਇਹ ਘਰਾਂ 'ਚ ਕਿਸੇ ਨੇ ਮਤਲਬ ਠੀਕ ਹਾਲਾਤ ਨੇ ਵਿਚਾਰਿਆਂ ਦੇ ਦਿਹਾੜੀਦਾਰ ਕੰਮ ਕਰਦੇ ਨੇ ਕਿਸ ਤਰ੍ਹਾਂ ਦੇ ਨਹੀਂ ਬੜੇ ਚੰਗੇ ਹਾਲਾਤਾਂ ਵਾਲੇ ਬੱਚੇ ਨੇ ਕੋਈ ਇਹਨਾਂ ਦੇ ਕੋਈ ਗਲਤ ਕੰਮ ਕਰਨ ਵਾਲੇ ਨਹੀਂ ਪਿਛੋਕੜ ਇਹਨਾਂ ਦਾ ਬੜਾ ਵਧੀਆ ਇਹ ਇੱਕ ਸਾਜਿਸ਼ ਦੇ ਤਹਿਤ ਮੈਨੂੰ ਲੱਗਦਾ ਵੀ ਇਹਨਾਂ ਨੂੰ ਸਾਰਿਆਂ ਨੂੰ ਫਸਾਇਆ ਗਿਆ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼